ਪੁੱਤ ਦੇ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲੀ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਤਾਂ ਇੱਕ ਪੁੱਤਰ ਦੇ ਵੱਲੋਂ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਸ ਪੁੱਤ ਨੇ ਆਪਣੇ ਮਾਂ ਦੇ ਸਿਰ ਤੇ ਕੁਹਾੜੀ ਮਾਰ ਕੇ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਦੂਜਾ ਪੁੱਤਰ ਅੰਗਹੀਨ ਹੋਣ ਦੇ ਕਾਰਨ ਮਾਂ ਦਾ ਪੋਸਟਮਾਰਟਮ ਤੇ ਅੰਤਿਮ ਸੰਸਕਾਰ ਤੱਕ ਨਹੀਂ ਕਰਵਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪੁੱਤਰ ਆਪਣੀ ਮਾਂ ਤੇ ਵਾਰ ਕਰਕੇ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਕੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ 302 ਦਾ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਜਦ ਮਹਿਲਾ ਡਾਕਟਰਾਂ ਦੇ ਕੋਲ ਲਿਜਾਈ ਜਾਂਦੀ ਹੈ ਤਾਂ ਉੱਥੇ ਉਹਨਾਂ ਦੇ ਵੱਲੋਂ ਫਰੀਦਕੋਟ ਮੈਡੀਕਲ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਸੀ। ਮਹਿਲਾ ਦਾ ਇੱਥੇ ਕਤਲ ਕੀਤਾ ਗਿਆ, ਇੱਕ ਪੁੱਤਰ ਦੇ ਵੱਲੋਂ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ ਕਰ ਦਿੱਤਾ ਗਿਆ। ਤਾਂ ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਰਿਸ਼ਤਿਆਂ ਦਾ ਘਾਟ ਹੁੰਦਾ ਨਜ਼ਰ ਆ ਰਿਹਾ। ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਕੁਹਾੜੀ ਮਾਰ ਕੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ ਗਿਆ। ਮਾਰਦਾ ਤੇ ਹੋਈ ਕਿ ਉਹਨੂੰ ਪਹਿਲਾਂ ਮੈਂ ਮੰਜੇ 'ਤੇ ਬੈਠੇ ਸੀ, ਮਾਤਾ ਦੋਵੇਂ ਨੇ ਇੱਟ ਇਵੇਂ ਮਾਰੀ ਬੈਠੀ। ਕਿੰਨੇ ਇੱਟ ਕਿੰਨੇ ਮਾਰੇ? ਮੇਰੇ ਭਰਾ ਨੇ, ਛੋਟੇ ਨੇ, ਅਮਰਜੀਤ। ਅਤੇ ਫਿਰ ਉਦੋਂ ਬਾਅਦ ਮਾਤਾ ਤੁਰ ਗਈ ਆਉਂਦੀ, ਵੀ ਐਵੇਂ ਲੜਾਈ ਤੂੰ ਕੀ ਲੈਣਾ। ਅਤੇ ਉਹਨੇ ਮਗਰੂ ਚੱਕਦਾ ਵੱਡੀ ਹਰੀ ਇੱਟ, ਅਤੇ ਮਾਤਾ ਨੂੰ ਥੋੜ੍ਹੀ ਤੇਜ਼ ਭੱਜ ਗਈ, ਮਗਰੂ ਰੋਰੀ ਮਾਰੀ ਮਾਤਾ ਐਵੇਂ ਮੁੰਡੇ ਮੁੰਡਾ ਨਸ਼ੇ ਕਰਦਾ ਸੀ। ਉਹਨੇ ਮਲ ਕਰਦਾ ਹੋਈ, ਨਸ਼ੇ 'ਚ ਕੋਈ ਨਹੀਂ ਸੀਗਾ ਸੀ ਜਦੋਂ ਉਹ ਨਸ਼ੇ ਕਰਦਾ ਸੀ। ਉਹਨੇ ਮਲ ਦਾਰੂ ਪੀਂਦਾ ਸੀ, ਮਲ ਬਾਅਦ 'ਚ ਦਾਰੂ ਪੀ ਕੇ ਆਇਆ। ਉਦੋਂ ਬਾਅਦ ਕਿਹੜੇ ਪਿੰਡ ਦਾ ਹੈਗਾ? ਬਸ ਪਿੰਡ ਬਸਤੀ ਕਸ਼ਮੀਰ ਸਿੰਘ ਵੱਲ ਮਮਦੋਰ ਠਾੜ। ਵੀ ਪੁੱਤਰ ਨੇ ਆਪਣੇ ਮਾਂ ਦਾ ਕਤਲ ਕਰਤਾ? ਹਾਂਜੀ। ਤੁਹਾਡਾ ਭਰਾ ਹੀ ਸੀ? ਹਾਂਜੀ, ਛੋਟਾ ਭਰਾ। ਕੀ ਨਾਂ ਤੁਹਾਡਾ? ਅਮਰਜੀਤ। ਅੱਜ ਜਿਹੜੀ ਇੱਕ ਪੁੱਤਰ ਨੇ ਆਪਣੀ ਮਾਂ ਦਾ ਕਤਲ ਕੀਤਾ, ਕੀ ਮਾਮਲਾ ਸਾਰਾ? ਇਹ ਸਰ ਮਾਮਲਾ ਹੈਗਾ ਜੀ, ਢਾਲੀ ਕਸ਼ਮੀਰ ਸਿੰਘ ਵਾਲੀ ਸਾਡੇ ਮਦੋਰ ਥਾਣੇ 'ਚ ਪੈਂਦੀ ਹੈ ਜੀ। ਰਾਤ ਸਰ ਸਾਨੂੰ ਤਲਾਹ ਆਈ ਸੀ ਵੀ ਉਹਦੇ ਬੇਟੇ ਨੇ ਮਤਲਬ ਇਹਨੂੰ ਲੇਡੀ ਡੈਥ ਹੋ ਗਈ, ਮਤਲਬ ਮਾਰਤਾ। ਉਹ ਮੁਕੱਦਮਾ ਨੰਬਰ 35 ਅਸੀਂ ਦਰਜ ਕਰਕੇ 302 ਦਾ ਦਰਜ ਕੀਤਾ ਸੀ ਉਹਦੇ ਬੇਟੇ ਦੇ ਖਿਲਾਫ, ਅਤੇ ਤਫਤੀਸ਼ ਕਰ ਰਹੇ ਹਾਂ। ਅਤੇ ਲਾਸਟ ਦਾ ਇੱਥੇ ਪੋਸਟਮਾਰਟਮ ਕਰਾਉਣ ਵਾਸਤੇ ਆਏ ਸੀ, ਪਰ ਇਹਨਾਂ ਨੇ ਕਹਿੰਦੇ ਇੱਥੇ ਫਰਾਂਸਿਕ ਮਾਂ ਰਹਿਣੀ ਸਾਨੂੰ, ਅਤੇ ਅੱਗੇ ਮੈਡੀਕਲ ਕਾਲਜ ਵਾਸਤੇ ਰੈਫਰ ਕਰ ਰਹੇ ਨੇ ਸਰ, ਅਤੇ ਉੱਥੇ ਲੈ ਕੇ ਜਾ ਰਹੇ ਹਾਂ। ਬਿਲਕੁਲ ਸਰ। ਇਹ ਜਿਹੜਾ ਮੁੰਡੇ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਜਦੋਂ ਸਿਰ 'ਤੇ ਮਾਰੀ, ਇਹ ਦੱਸਿਆ ਜਾ ਰਿਹਾ? ਨਸ਼ਾ ਨਹੀਂ ਜੀ, ਮਿਹਨਤ ਮਜ਼ਦੂਰੀ ਕਰਕੇ ਕਹਿੰਦੇ ਘਰੋਂ ਆਇਆ ਸੀ, ਅਤੇ ਆਇਆ ਕਿਤੇ ਇਹਨਾਂ ਨੇ ਇਨਵਰਟਰ ਲਿਆ ਸੀ ਇੱਕ ਦੋ ਦਿਨ ਪਹਿਲਾਂ ਜੀ। ਇਹ ਘਰ ਦਾ ਮੁਖੀ ਸੀ, ਇਹਦਾ ਭਰਾ ਦੂਜਾ ਅੰਗਹੀਣ ਸੀ ਅਤੇ ਮਾਂ ਘਰੇ ਸੀ ਜੀ, ਅਤੇ ਉਹ ਕਦੇ ਇਸੇ ਗੱਲ ਤੋਂ ਗੁੱਸੇ ਹੋ ਗਿਆ ਉਹਦਾ ਮੁਖੀ, ਮੈਂ ਅਤੇ ਤੁਸੀਂ ਇਨਵਰਟਰ ਕਿਵੇਂ ਲੈ ਲਿਆ? ਬਸ ਇਸੇ ਗੱਲ ਤੋਂ ਕਿਤੇ ਉਹਨਾਂ ਨਾਲ ਝਗੜ ਪਿਆ, ਅਤੇ ਉਹਨਾਂ ਨੂੰ ਖੋਭਾ ਜੀ ਉਹ ਮਾਂ ਵਿਚਾਰੀ ਬਾਹਰ ਥੋੜ੍ਹਾ ਭੱਜੀ ਵੀ, ਗੁਆਂਢੀਆਂ ਦੇ ਘਰੇ ਵੜ ਜਾਂ ਕਿਤੇ ਸਾਢੇ ਬਣਾਉਣ ਦਾ ਟਾਈਮ ਸੀ, ਅਤੇ ਅੱਜ ਕਲਾਮੀ ਚੁੱਕ ਕੇ ਮਾਰੀ ਜੀ ਉਹ ਵਿਚਾਰੀ ਸਿਰ ਦੇ ਵਿੱਚ, ਇਸ ਕਰਕੇ ਉਸੇ ਯਕਦਮ ਦੀ ਮੌਤ ਹੋ ਗਈ ਸਰ। ਦੂਜੀ ਗੱਲ ਇਹਨਾਂ ਨੇ ਕਹੀ ਹੈ ਕਿ ਬੇਸਹਾਰਾ ਨੇ ਘਰ ਦੇ ਵਿੱਚ, ਮਤਲਬ ਹਾਲਾਤ ਇਹੋ ਜਿਹੇ ਨਹੀਂ ਨੇ ਕਿ ਅਸੀਂ ਪੋਸਟਮਾਰਟਮ ਕਰਾ ਲਈ ਫਰੀ ਕੋਲ ਲੈ ਜਾਈਏ, ਤਾਂ ਇਹ ਵੀ ਮੰਗ ਕਰ ਰਹੇ ਕਿਸੇ ਦੀ ਕਿ ਸਾਨੂੰ ਲਾਸ਼ ਨੂੰ ਲਿਜਾਇਆ ਜਾਵੇ? ਇਹ ਤਾਂ ਚਲੇ ਸਰ ਕਹਿ ਰਹੇ, ਪਰ ਇਹ ਤਾਂ ਦੇਖੋ ਜੀ ਲੀਗਲ ਪ੍ਰਕਿਰਿਆ, ਇੱਥੇ ਫਰਾਂਸਿਕ ਸਾਇੰਸ ਦਾ ਮਾਹਰ ਹੈ ਨਹੀਂ ਡਾਕਟਰ ਕੋਈ ਵੀ ਜੀ, ਕੋਰਟਾਂ ਇਹਨਾਂ ਦੀ ਰਿਪੋਰਟ ਨਹੀਂ ਪਾਤੀ ਹੈ, ਇਸ ਕਰਕੇ ਉੱਥੇ ਮਾਹਰ ਹੈਗੇ ਜੀ, ਅਸੀਂ ਉੱਥੇ ਰੈਫਰ ਕੀਤਾ ਜੀ ਫਰੀਦਕੋਟ। ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਏ ਸੀ ਭੁਪਿੰਦਰ ਸਿੰਘ।